ਟੋਲ ਪਲਾਜ਼ਾ ਉੱਤੇ ਜਿੱਥੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਬਰਨਾਲਾ ਦੇ ਟੋਲ ਪਲਾਜ਼ਾ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੇ ਇੱਕ ਹੋਰ ਖੁਲਾਸਾ ਕੀਤਾ ਹੈ, ਜਿਸ ਵਿੱਚ ਉਹਨਾਂ ਦੇ ਅਨੁਸਾਰ ਉਹਨਾਂ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ। ਅਜਿਹਾ ਇੱਕ ਮਾਮਲਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਟੋਲ ਪਲਾਜ਼ਾ ਡਿਸਟ੍ਰਿਕਟ ਬਰਨਾਲਾ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਦੇਖਣ ਨੂੰ ਆਇਆ ਹੈ। ਟੋਲ ਪਲਾਜ਼ਾ ਨੂੰ ਚਲਾ ਰਹੀ ਪ੍ਰਾਈਵੇਟ ਕੰਪਨੀ ਦੇ ਠੇਕੇਦਾਰਾਂ ਵੱਲੋਂ ਆਏ ਦਿਨ ਮੁਸਾਫਰਾਂ ਨਾਲ ਮਿਸਬਿਹੇਵ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਤੇ ਜਦੋਂ ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਤੋਂ ਪਤਾ ਕੀਤਾ ਗਿਆ ਤਾਂ ਇੱਕ ਹੋਰ ਖੁਲਾਸਾ ਸਾਹਮਣੇ ਆਇਆ। ਉੱਥੇ ਕੰਮ ਕਰ ਰਹੀਆਂ ਮੁਲਾਜ਼ਮ ਲੜਕੀਆਂ ਨੇ ਦੱਸਿਆ ਕਿ ਉਹਨਾਂ ਦਾ ਸ਼ਰੇਆਮ ਆਰਥਿਕ ਸ਼ੋਸ਼ਣ ਹੁੰਦਾ ਹੈ। ਉਹਨਾਂ ਨੂੰ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਕੋਈ ਫੈਸਿਲਿਟੀ ਦਿੱਤੀ ਜਾ ਰਹੀ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਨਾ ਤਾਂ ਇੱਥੇ ਕੋਈ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਕੁਝ ਬੈਠਣ ਦਾ, ਤੇ ਜੋ ਸਰਕਾਰੀ ਰੇਟ ਹੈ ਤਨਖਾਹ ਦਾ ਉਹ ਵੀ ਸਾਨੂੰ ਨਹੀਂ ਮਿਲ ਰਿਹਾ। ਜੇਕਰ ਅਸੀਂ ਲੇਬਰ ਕਮਿਸ਼ਨ ਤੇ ਡੀਸੀ ਰੇਟ ਦੀ ਗੱਲ ਕਰੀਏ ਤਾਂ ਤਨਖਾਹ ਕਰੀਬਨ 13,800 ਬਣਦੀ ਹੈ, ਪਰ ਸਾਨੂੰ 8,000 ਦੇ ਨਾਮ ਉੱਤੇ ਉਹ ਵੀ ਕੱਟ ਕੇ 7,500 ਰੁਪਏ ਦਿੱਤੇ ਜਾ ਰਹੇ ਨੇ। ਇਸ ਮੌਕੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਵਾਈਸ ਪ੍ਰਧਾਨ ਨੇ ਦੱਸਿਆ ਕਿ ਇੱਥੇ ਕੰਮ ਕਰਦੇ ਮੁਲਾਜ਼ਮਾਂ ਦਾ ਟੋਲ ਪਲਾਜ਼ਾ ਨੂੰ ਚਲਾ ਰਹੀ ਕੰਪਨੀ ਦੇ ਠੇਕੇਦਾਰ ਲਗਾਤਾਰ ਆਰਥਿਕ ਸ਼ੋਸ਼ਣ ਤੇ ਧੱਕੇਸ਼ਾਹੀ ਕਰ ਰਹੇ ਨੇ। ਵਰਕਰਾਂ ਨੂੰ ਜੋ ਕਾਨੂੰਨੀ ਸੌਖ ਮਿਲਣੀ ਚਾਹੀਦੀ ਹੈ ਉਹ ਨਹੀਂ ਦਿੱਤੀ ਜਾ ਰਹੀ। ਇਹਨਾਂ ਦੀ ਬਣਦੀ ਮੰਥਲੀ ਛੁੱਟੀਆਂ ਤੇ ਸਰਕਾਰੀ ਫੈਸਟੀਵਲ ਛੁੱਟੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ। ਉਹਨਾਂ ਦੀ ਤਨਖਾਹ ਵਿੱਚ ਸਰੇਆਮ ਚੋਰੀ ਹੋ ਰਹੀ ਹੈ। ਸੁੱਖ ਸੁਵਿਧਾਵਾਂ ਬਿਲਕੁਲ ਵੀ ਨਹੀਂ ਹਨ, ਨਾ ਹੀ ਸਿਕਿਉਰਿਟੀ ਦਾ ਇੰਤਜ਼ਾਮ ਹੈ ਤੇ ਨਾ ਹੀ ਪਾਣੀ, ਟਾਇਲਟ ਜਾਂ ਕਿਸੇ ਵੀ ਹੋਰ ਚੀਜ਼ ਦਾ ਪ੍ਰਬੰਧ ਹੈ। ਦੂਜਾ, ਕੰਪਨੀ ਵੱਲੋਂ ਬਾਹਰੀ ਰਾਜਾਂ ਤੋਂ ਰੱਖੇ ਗਏ ਗੁੰਡਾ ਟਾਈਪ ਮੁਲਾਜ਼ਮ ਜੋ ਇੱਥੋਂ ਦੇ ਵਰਕਰਾਂ ਤੇ ਆਉਣ ਜਾਣ ਵਾਲੇ ਮੁਸਾਫਿਰਾਂ ਨਾਲ ਧੱਕਾਸ਼ਾਹੀ ਕਰਦੇ ਹਨ। ਸਾਡੀ ਮੰਗ ਹੈ ਕਿ ਸਾਰੇ ਕਰਮਚਾਰੀਆਂ ਦਾ ਬਣਦਾ ਹੋਇਆ ਅਧਿਕਾਰ ਮਿਲਣਾ ਚਾਹੀਦਾ ਹੈ। ਜੇਕਰ ਉਹ ਨਹੀਂ ਮਿਲਦਾ ਤਾਂ ਅਸੀਂ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਵੱਲੋਂ ਇਸ ਸੰਘਰਸ਼ ਨੂੰ ਤੇਜ਼ ਕਰਾਂਗੇ। ਇਹ ਸਮੱਸਿਆ ਇਹ ਹੈ ਜੀ, ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਇੱਥੇ ਜਿਹੜੇ ਇੰਪਲਾਈਜ਼ ਨੇ ਉਹਨਾਂ ਨਾਲ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ, ਉਹਨਾਂ ਨਾਲ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਮਤਲਬ ਜਿਵੇਂ ਫਿਕਸ ਹੋ ਸੈਲਰੀ ਹੈ ਨਾ, ਉਹ ਹੈਗੀ 13,800, ਇਸ ਤੋਂ ਘੱਟ ਨਹੀਂ। ਚੀਫ ਲੇਬਰ ਕਮਿਸ਼ਨਰ ਵੱਲੋਂ ਜਿਹੜੀ ਤੈਅ ਕੀਤੀ ਸੈਲਰੀ ਹੈ ਜੀ ਉਹ ਹੈਗੀ 13,800, ਪਰ ਇੱਥੇ ਦਿੱਤਾ ਜਾ ਰਿਹਾ ਕਿਸੇ ਨੂੰ 6,000, ਕਿਸੇ ਨੂੰ 6,500, 7,000, 7,500, 8,000 ਮੈਕਸੀਮਮ, ਆਹੀ ਕੁਛ ਹੈ ਜੀ ਹਰ ਬੰਦੇ ਦੀ ਸੈਲਰੀ 'ਚ। ਪਹਿਲੀ ਕੰਪਨੀ ਨਾਲੋਂ ਵੀ ਇਹਨਾਂ ਨੇ ਕਟੌਤੀ ਕੀਤੀ। ਸਹੂਲਤਾਂ ਵੀਰੇ ਇੱਥੇ ਮੈਨੂੰ ਕੋਈ ਵੀ ਨਹੀਂ ਹੈਗੀ, ਇੱਥੇ ਆਹ ਤੁਹਾਡੇ ਸਾਹਮਣੇ ਮੈਂ ਧੁੱਪੇ ਖੜਾ, ਤੁਸੀਂ ਵੀ ਦੇਖਦੇ ਹੋ ਕਿੰਨੇ ਟਾਈਮ ਤੋਂ ਮੈਂ ਇੱਥੇ ਧੁੱਪੇ ਖੜਾਂਗਾ। ਅਤੇ ਆਹ ਜਿਹੜਾ ਮੇਰਾ ਬਣਾਉ ਬੈਠਣ ਖਾਤਰ ਬਣਾਇਆ ਹੋਇਆ ਵੀ ਮੈਂ ਆਪ ਖੁਦ ਬਣਾਇਆ ਹੈਗਾ। ਅਤੇ ਬੰਦੇ ਪਹਿਲਾਂ ਅਸੀਂ ਜਦੋਂ ਪਹਿਲੀ ਕੰਪਨੀ ਆਈ ਸੀ ਉਦੋਂ ਅਸੀਂ 68 ਬੰਦੇ ਸੀਗੇ। ਹੌਲੀ ਹੌਲੀ ਇਹ ਬੰਦੇ ਘਟਾਉਂਦੇ 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 ਅਸੀਂ ਸਿਰਫ 14 ਜਾਣੇ ਰਹਿ ਗਏ ਹਾਂ। ਹੁਣ ਅਸੀਂ 6 ਜਾਣੇ ਦਿਨ 'ਚ ਹਾਂ ਅਤੇ 4-4 ਜਾਣੇ ਰਾਤ ਨੂੰ ਨੇ। ਸਹੂਲਤਾਂ ਵੀਰੇ ਕਾਹਦੀ ਆ, ਪਾਣੀ ਵੀ ਨਹੀਂ ਹੈਗਾ ਸਾਨੂੰ ਤਾਂ ਪੀਣ ਨੂੰ, ਪਾਣੀ ਵੀ ਅਸੀਂ ਖੁਦ ਘਰੋਂ ਜਾ ਕੇ ਬਰਫ਼ ਲੈ ਕੇ ਆਉਂਦੇ ਹਾਂ। ਅਤੇ ਕਈ ਵਾਰ ਤਾਂ ਸਾਨੂੰ ਸਹੂਲਤ ਦੇ ਮਾਰੇ ਆ ਸਿਸਟਮ ਹੀ ਨਹੀਂ ਹੈਗਾ ਚੱਜ ਦਾ। ਸਾਨੂੰ 7,500 ਰੁਪਏ ਮਿਲ ਰਹੀ ਹੈ ਸੈਲਰੀ, ਅਸੀਂ 8,000 ਗਏ ਸੀ ਕੁੜੀਆਂ, ਸਾਨੂੰ 7,500 ਰੁਪਏ ਦੇ ਰਹੇ ਕੱਟ ਕਟਾ ਕੇ, ਸਾਡਾ ਪਲੱਸ ਮਾਈਨਸ ਵੀ ਵਿੱਚ ਡਿਵਾਈਡ ਹੀ ਕਰ ਰਹੇ ਹੋ। ਬਸ ਆਪਾਂ ਤਾਂ ਸੈਲਰੀ ਦੀ ਡਿਮਾਂਡ ਕੀਤੀ ਸੀ ਤਾਂ ਜਿਹੜੇ ਸਾਡਾ ਪਲੱਸ ਮਾਈਨਸ ਉਹ ਡਿਵਾਈਡ ਕਰ ਦੇਣ, ਜਿਹਦਾ ਆਪਾਂ ਪਲੱਸ 400 ਰੁਪਏ ਦੇ ਰਹੇ 400 ਵਿੱਚ ਸਾਡਾ ਮਾਈਨਸ ਕਰ ਦੇਣ। ਆਪਾਂ ਆਪਣਾ ਹੱਕ ਆ ਕਰ ਰਹੇ, ਸਾਡਾ ਮਾਈਨਸ ਵੀ ਕੱਟੇ ਜਾ ਰਿਹਾ, ਪਲੱਸ ਵੀ ਲੈ ਰਹੇ ਨੇ। ਉਹ ਕਹਿੰਦੇ ਪਲੱਸ ਸਾਨੂੰ ਕੰਪਨੀ ਦਾ ਹੀ ਆ ਰਿਹਾ, ਉਹ ਕਿਹੜਾ ਅਸੀਂ ਘਰੋਂ ਲੈ ਕੇ ਦਿੰਦੇ ਨੇ ਉਹਨਾਂ ਨੂੰ। ਕੈਸ਼ ਮਿਲਦੀ ਹੈ ਸਾਨੂੰ, ਨਹੀਂ ਬਾਈ ਚੈੱਕ ਨਹੀਂ, ਕੈਸ਼ ਮਿਲਦੀ ਹੈ। ਜਦੋਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਟੋਲ ਪਲਾਜ਼ੇ ਦੇ ਇੰਚਾਰਜ ਨਾਲ ਗੱਲ ਹੋਈ ਤਾਂ ਉਹਨਾਂ ਨੇ ਸਾਰੀ ਗੱਲਾਂ ਤੋਂ ਇਨਕਾਰ ਕਰਦੇ ਹੋਏ ਸਾਫ਼ ਜਵਾਬ ਦੇ ਦਿੱਤਾ ਕਿ ਇੱਥੇ ਸਭ ਠੀਕ ਹੈ ਤੇ ਸਾਰੇ ਇੰਤਜ਼ਾਮ ਪ੍ਰੋਪਰ ਹਨ। ਸਰ ਸਮੱਸਿਆ ਕੋਈ ਨਹੀਂ, ਸਾਰਾ ਸਿਸਟਮ ਠੀਕ ਚੱਲ ਰਿਹਾ, ਕੋਈ ਦਿੱਕਤ ਨਹੀਂ ਹੈ ਯਹਾਂ ਪੇ। ਨਹੀਂ ਜੈਸੇ ਸੈਲਰੀ ਕੋ ਦੇਖ ਕੇ ਪਤਾ ਚਲਾ ਹੈ ਵੀ ਜੋ ਸੈਲਰੀ ਹੈ ਉਹ ਪ੍ਰੋਪਰ ਸੈਲਰੀ ਮਿਲ ਰਹੀ ਹੈ। ਬਸ ਨਹੀਂ ਸਰ, ਸੈਲਰੀ ਬਾਰੇ ਪ੍ਰੋਪਰ ਲਿਖਾ ਹੋਤਾ ਹੈ ਜੋ ਹਮਾਰੀ ਕੰਪਨੀ ਸੈਲਰੀ ਦੇ ਰੱਖੀ ਹੈ, 8 ਘੰਟੋਂ ਕੇ ਲੀਏ ਵਰਕਰਸ ਕੰਮ ਕਰ ਰਹੇ ਹੋਏ ਹੈਂ, ਹਮੇਂ ਜੋ ਸਿਸਟਮ ਸੈਲਰੀ ਉੱਪਰ ਚਾਹਤੀ ਹੈ ਵਹੀ ਲੋਗ ਪੇ ਕਰ ਰਹੇ ਹੈ। ਸਰ ਉਸ ਬਾਰੇ ਮੈਨੇਜਰ ਸਾਹਿਬ ਬਤਾ ਸਕਤੇ ਹੈਂ ਆਪਕੋ, ਮੈਨੇਜਰ ਸਾਹਿਬ ਜੋ ਯਹਾਂ ਪਰ ਪਿਛਲੇ ਟਾਈਮ ਨਹੀਂ ਹੈ ਉਹ ਚੰਡੀਗੜ੍ਹ ਗਏ ਹੋਏ ਹੈਂ ਹੈਡ ਆਫਿਸ। ਕਬ ਮਿਲੇਂਗੇ ਸਰ? ਉਹ ਸ਼ਾਮ ਤੱਕ ਆ ਜਾਏਗੀ, ਕੱਲ੍ਹ ਮਿਲ ਸਕਦੇ ਹੈ। ਅਗਰ ਹਮ ਸਿਕਿਉਰਿਟੀ ਕੀ ਬਾਤ ਕਰ ਰਹੇ ਹੈਂ ਆਪ, ਐਜ ਏ ਇੰਚਾਰਜ ਯਹਾਂ ਪੇ ਕੰਮ ਕਰ ਰਹੇ ਹੋ, ਉਸ ਹਮ ਸਿਕਿਉਰਿਟੀ ਕੀ ਬਾਤ ਕਰ ਰਹੇ ਹੈਂ ਤੋ ਕਿਆ ਇੰਤਜ਼ਾਮ ਹੈ ਯਹਾਂ? ਸਰ ਸਾਰਾ ਸਿਸਟਮ ਕੋਈ ਦਿੱਕਤ ਨਹੀਂ, ਹਰ ਬੰਦੇ ਪ੍ਰੋਪਰਲੀ ਕੰਮ ਕਰ ਰਹੇ, ਲਗੇ ਹੋਏ ਹੈਂ ਸਾਰੇ ਬੰਦੇ ਜਾਂ ਜ਼ਰੂਰਤ ਕੇ ਹਿਸਾਬ ਸੇ। ਪਰ ਜੇਕਰ ਤਪਦੀ ਧੁੱਪੇ ਉੱਥੇ ਕੰਮ ਕਰ ਰਹੇ ਵਰਕਰਾਂ ਦੀ ਮੰਨੀਏ ਤੇ ਸਰਕਾਰੀ ਰੇਟਸ ਨੂੰ ਜਾਣੀਏ ਤਾਂ ਸਾਰੀ ਸੱਚਾਈ ਆਪਣੇ ਆਪ ਸਾਹਮਣੇ ਆ ਜਾਂਦੀ ਹੈ। ਇਸ ਤਰ੍ਹਾਂ ਦੀ ਧੱਕੇਸ਼ਾਹੀ ਸਾਰੇ ਪੰਜਾਬ ਵਿੱਚ ਹਰੇਕ ਟੋਲ ਪਲਾਜ਼ਾ ਉੱਤੇ ਹੋ ਰਹੀ ਹੈ ਤੇ ਇਹ ਟੋਲ ਪਲਾਜ਼ਾ ਆਪਣੀ ਆਪਣੀ ਜੇਬ ਗਰਮ ਕਰਨ ਵਿੱਚ ਲੱਗਾ ਹੈ ਤੇ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਵੇਖੋ ਕਦੋਂ ਜਾਗਦੀਆਂ ਹਨ ਸਰਕਾਰਾਂ ਤੇ ਕਦੋਂ ਇਹ ਲੁੱਟ ਦਾ ਨੰਗਾ ਨਾਚ ਬੰਦ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।